जी दोस्तों सत श्री अकाल प्रोग्राम सबबी मेले देखने वाले मेरे वालों कुलवंत सिंह गिल वालों प्यार भरी सत श्री अकाल। दोस्तों तुसी साडे सारे प्रोग्रामां नूं रिशकारा एंटरटेनमेंट बॉक्स जिन्ने भी चलते ने तुसी प्यार दिंदे हो। कदे असीं फिल्मां दे प्रव्यू करदे हां, कदे असीं फिल्मां दी गल करदे हां, कदे फनकारां नाल गल्लबात करदे हां, कदे तीआं दे मेले 'च लै चलदे हां। सो हर तरह का रंग असीं दिखाउण दी कोशिश कीती है। मोहाली नाल रिलेटड, पूरे पंजाब नाल रिलेटड, पूरी दुनिया के नाल रिलेटड असीं हर प्रोग्राम नूं ब्रॉडकास्ट कर रहे हैं और तुसीं हर प्रोग्राम नूं बहुत वधिया पसंद भी कर रहे हो और अगे शेयर भी कर रहे हो। प्रोग्राम सबबी मेले असीं इस करके शुरू किया है कि हिंदुस्तान का पूरी दुनिया का एक अमीर विरसा है, उन्हें लेखक खास करके मैं पंजाब की धरती की गल करा, गुरुआं की धरती की गल करा, पीरां की धरती की गल करा और इस धरती के उत्ते अणगिणत फनकार होए, अणगिणत लेखक राइट हर तरह की कैटागरी का बंदा पंजाब की धरती से पैदा होया, सानू माण है। असी उन्हां राइटरां दे नाल, उन्हां शायरां दे नाल असी मिलाउने आ क्योंकि बहुत सारे लोग ने जिहड़े इन्हां नूं अणगौलियां करदे ने। की कहिंदे ने जदों कवि दरबार की गल आउंदी है तां उह कहिंदे इवें नहीं यार किहड़ा टाइम खराब करूं, पर नहीं, मैं इस तुहाडे कथन नूं मैं गलत साबित करना चाहुंदा क्योंकि मिट्टी ना फरोल जोगी आ। जे तुसीं मिट्टी फरोलोंगे, जे तुसीं इन्हां लोकां नूं जगाओगे तो इन्हां अंदर बड़े अग दे बलबले ने, बड़े भांबड़ ने जिहड़े वो बाहर आउण नूं करदे ने, लेकिन कोई साधन होना चाहिए। साडे नाल पंजाब की मशहूर शायरा दविंदर कौर ढिल्लों साडे नाल हाजर ने, गलबात करदे। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਸੀਂ ਆਪਣਾ ਪਰਿਵਾਰਕ ਪਿਛੋਕੜ ਦੱਸੋ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਅਕ੍ਰਿਸ਼ਾਰ ਬਰਥ ਮੇਰਾ ਅੰਮ੍ਰਿਤਸਰ ਦਾ ਤੇ ਉਸ ਤੋਂ ਬਾਅਦ ਮੇਰੇ ਪਾਪਾ ਦੀ ਹੋ ਗਈ ਸੀ ਬਦਲੀ, ਹੋ ਗਈ ਸੀ ਇੱਥੇ ਚੰਡੀਗੜ੍ਹ ਦੀ, ਚੰਡੀਗੜ੍ਹ ਆ ਗਏ, ਚੰਡੀਗੜ੍ਹ ਤੋਂ ਬਾਅਦ ਖਰੜ, ਹੁਣ ਇਸ ਟਾਈਮ ਮੇਰੇ ਪੇਰੈਂਟਸ ਖਰੜ ਹੀ ਨੇ। ਖਰੜੇ ਮੁੱਢਲੀ ਫਿਰ ਐਜੂਕੇਸ਼ਨ ਇੱਥੇ ਹੋਈ ਕਿ ਅੰਮ੍ਰਿਤਸਰ ਵਿੱਚ ਹੋਈ? ਮੇਰੀ ਮੁੱਢਲੀ ਐਜੂਕੇਸ਼ਨ ਹੋਈ ਹੈ ਚੰਡੀਗੜ੍ਹ ਹੀ ਹੋਈ ਹੈ, ਚੰਡੀਗੜ੍ਹ ਕਿਉਂਕਿ ਉੱਥੇ ਛੋਟੇ ਸੀਗੇ ਜਦ ਮੈਂ 4-5 ਸਾਲਾਂ ਦੀ ਸੀਗੀ ਫਿਰ ਅਸੀਂ ਆ ਗਏ ਸੀਗੇ ਜੀ। ਅੱਛਾ ਉਦੋਂ ਦੇ ਚੰਡੀਗੜ੍ਹ ਤੇ ਹੁਣ ਦੇ ਚੰਡੀਗੜ੍ਹ 'ਚ ਕੀ ਫਰਕ ਵੇਖਿਆ? बिलकुल कले जाते होंगे खरड़ तो पहला। देखो मैं चंडीगढ़ बस स्टैंड की बस लेनी, उस तो बाद फिर 11 सेक्टर कॉलेज मैं पढ़ी हाँ, भी जाना कोई ऐसी ਮੈਨੂੰ ਤਾਂ ਲੱਗਿਆ ਨਹੀਂ ਕੋਈ, ਬਸ ਅਨਸਿਕਿਉਰ ਆ ਵੀ ਬੜਾ ਵਧੀਆ ਆਪਾਂ ਸਟੱਡੀ ਉੱਤੇ ਕੀਤੀ, ਗ੍ਰੈਜੂਏਸ਼ਨ ਕੀਤੀ ਆ ਉੱਥੋਂ। ਜੀ ਜੀ ਜੀ। ਪਰ ਇੱਕ ਗੱਲ ਤਾਂ ਸਮਝਦੇ ਆ ਨਾ ਕਿ ਜਿਸ ਤਰ੍ਹਾਂ ਦੇ ਪਹਿਲਾਂ ਦੇ ਹਾਲਾਤ ਸੀ, ਪਹਿਲਾਂ ਇੰਨੀ ਛੇੜਛਾੜ ਨਹੀਂ ਸੀ, ਪਹਿਲਾਂ ਇੰਨਾ ਜਿਵੇਂ ਬਲਾਤਕਾਰ ਹੋ ਗਿਆ ਜਾਂ ਕੋਈ ਕੁੜੀਆਂ ਨਾਲ ਗਲਤ ਵਿਵਹਾਰ ਹੋ ਗਿਆ, ਪਹਿਲਾਂ ਇਹ ਨਹੀਂ ਸੀ। ਹਾਂਜੀ ਹਾਂਜੀ। ਹੁਣ ਥੋੜਾ ਜਿਹਾ ਵੱਧ ਗਿਆ। ਹਾਂ ਤੇ ਇਹ ਵੱਧ ਗਿਆ ਥੋੜਾ, ਇਹ ਵੱਧ ਗਿਆ ਇਹ ਹੈ ਕਿ ਪਹਿਲਾਂ ਹੈ ਨਹੀਂ ਸੀ ਬਿਲਕੁਲ ਇਕੱਠੇ ਜਾਣਾ, ਕੋਈ ਅਸੀਂ ਜੇ ਬੱਸ ਖੜੇ ਵੀ ਹੋਣਾ ਤਾਂ ਰਸ਼ ਵੀ ਇੰਨਾ ਹੁੰਦਾ ਸੀ ਕਿਉਂਕਿ ਬਹੁਤ ਸਟੂਡੈਂਟ ਹੁੰਦੇ ਸੀ, ਪਰ ਵੀ ਕੋਈ ਐਸੀ ਗੱਲ ਨਹੀਂ ਸੀ ਹੁੰਦੀ ਵੀ ਹੁਣ ਥੋੜਾ ਜ਼ਿਆਦਾ ਹੋ, ਹੁਣ ਥੋੜਾ ਜ਼ਿਆਦਾ ਹੋ ਗਿਆ। ਤਾਂ ਕਾਰਨ ਕੀ ਸਮਝਦੇ ਆਪਾਂ? ਡਿਜੀਟਲ ਯੁੱਗ ਹੋ ਗਿਆ, ਮਾਨਸਿਕ ਰੋਗੀ ਹੋ ਗਏ ਲੋਕ ਵੀ, ਨਾ ਧੀ ਦੇਖੇ ਨਾ ਭੈਣ ਦੇਖੇ, ਅੱਜ ਕੱਲ੍ਹ ਹਾਲਾਤ ਹੀ ਇੰਨੇ ਵੱਧ ਤੋਂ ਵੱਧ। ਹਾਂ ਤੇ ਇਹੀ ਮੈਂ ਸਮਝ ਸਕਦੀ ਜਿਵੇਂ ਘੋਰ ਕਲਯੁਗ ਕਹਿੰਦੇ ਆ ਨਾ ਵੀ ਆਇਆ ਨਾ ਕੋਈ ਬਾਪ ਨੂੰ ਧੀ ਨੂੰ ਸਮਝਦੇ, ਕੋਈ ਵੀ ਆਪਣਾ ਰਿਸ਼ਤਾ ਅਸੀਂ ਸਿਕਿਓਰ ਨਹੀਂ ਸਮਝ ਸਕਦੇ। ਉਹ ਜਿਵੇਂ ਸਾਡੇ ਗੁਰੂ ਕਹਿੰਦੇ ਸੀ ਨਾ ਵੀ ਕਲਯੁਗ ਆਊਗਾ, ਉਹ ਕਲਯੁਗ 'ਚ ਪ੍ਰਵੇਸ਼ ਕਰ ਚੁੱਕੇ, ਆਲਰੇਡੀ ਕੀਤਾ ਹੋਇਆ ਸੀ ਪ੍ਰਵੇਸ਼ ਕੀਤੇ ਹੋਇਆ ਬਹੁਤ ਜ਼ਿਆਦਾ। ਜੀ ਜੀ ਜੀ। ਇਸ ਕਰਕੇ ਪਹਿਲਾਂ ਹੈ ਨਹੀਂ ਸੀ ਲੇਕਿਨ ਇਹ ਚੀਜ਼ਾਂ ਹੁਣ ਬਹੁਤ ਨੇ ਜੀ। ਲਿਖਣ ਦਾ ਸਫ਼ਰ ਫਿਰ ਕਦੋਂ ਸ਼ੁਰੂ ਹੋਇਆ? ਲਿਖਣ ਦੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਕੁੜੀ ਜਿਹਦੇ ਉਹ ਰੋਮਾਂਟਿਕ ਲਿਖਣ ਲੱਗ ਜੇ ਹਨਾ, ਥੋੜਾ ਸਵਾਲ ਹੀ ਹੈ ਮੇਰੇ ਮਨ 'ਚ ਹੀ ਹੈ, ਤਾਂ ਘਰਦੇ ਸੋਚਣ ਲੱਗ ਜਾਂਦੇ ਨੇ ਵੀ ਕਿਤੇ ਚੱਕਰਾਂ 'ਚ ਤਾਂ ਨਹੀਂ ਫਸ ਗਈ? ਬਿਲਕੁਲ, ਪਹਿਲਾ ਸਵਾਲ। ਹਾਂਜੀ ਹਾਂਜੀ। ਜੇ ਉਹ ਬੜਾ ਸੈਂਸਿਟਿਵ ਲਿਖਣ ਲੱਗ ਜੇ ਤਾਂ ਘਰਦੇ ਕਹਿੰਦੇ ਨੇ ਯਾਰ ਇਹ ਪਾਗਲ ਤਾਂ ਨਹੀਂ ਹੋ ਗਈ? ਬਿਲਕੁਲ ਸਹੀ ਗੱਲ। ਰਾਈਟਰ ਨੂੰ ਦੋਨੇ ਪਾਸੇ ਆਪਾਂ ਟੇਕਣ ਨਹੀਂ ਦਿੰਦੇ ਜਦੋਂ ਕਿ ਉਹਦੀ ਸੋਚ ਕਾਗਜ਼ਾਂ 'ਤੇ ਡਿਵੈਲਪ ਹੋ ਰਹੀ ਹੈ। ਤੁਹਾਡੇ ਤੁਸੀਂ ਕੀ ਲਿਖਣਾ ਸ਼ੁਰੂ ਕੀਤਾ ਫਿਰ ਪਹਿਲਾਂ? ਐਕਚੁਅਲੀ ਮੈਂ ਜਿਹੜੇ ਮੇਰੇ ਫਾਦਰ ਸੀ ਨਾ ਉਹ ਬਿਲਕੁਲ ਹੀ ਚਾਹੁੰਦੇ ਨਹੀਂ ਸੀ ਕਿਉਂਕਿ ਐਕਚੁਅਲੀ ਸਭ ਤੋਂ ਪਹਿਲਾਂ ਮੈਨੂੰ ਗਾਉਣ ਦਾ ਸ਼ੌਂਕ ਸੀ। ਅੱਛਾ। ਮੈਂ ਸਿੰਗਿੰਗ ਕਰਦੀ ਸੀ। ਓਕੇ। ਤੇ ਮੈਨੂੰ ਯਾਦ ਹੈਗਾ ਮੈਂ 6th ਕਲਾਸ ਵਿੱਚ ਸੀਗੀ ਜਦੋਂ ਉਹ ਆਪਣੇ ਸਕਾਊਟਸ ਹੁੰਦੇ ਸੀ ਨਾ, ਗਰਲ ਗਾਈਡ ਦਾ ਸਕਾਊਟ ਕੈਂਪ ਹੁੰਦੇ ਸੀਗੇ, ਉਹਨਾਂ ਦੇ ਗਾਉਂਦੇ ਸੀ, ਉਹਨਾਂ ਤੇ ਗਾਣਾ ਤੇ ਸਕੂਲ ਦੀਆਂ ਸਭਾਵਾਂ 'ਚ ਗਾਣਾ, ਤੇ ਮੇਰੇ ਪਾਪਾ ਨੇ ਮੇਰੀ ਇੱਕ ਇਜਾਜ਼ਤ, ਮੈਡਮ ਨੇ ਮੈਨੂੰ ਨਾ ਕਵਾਲੀ 'ਚ ਕਰ ਲਿਆ। ਅੱਛਾ। ਵੀ ਕਵਾਲੀ ਕਰਨੀ, ਸਭ ਤੋਂ ਹੈੱਡ ਤੇ ਮੈਂ ਸੀਗੀ ਫਰੰਟ ਤੇ। ਓਕੇ। ਤੇ ਉਹਨਾਂ ਨੇ ਮੈਨੂੰ ਕਵਾਲੀ 'ਚੋਂ ਕਢਾਇਆ ਸੀ ਜਾ ਕੇ। ਅੱਛਾ। ਕਹਿੰਦੇ ਮੇਰੀ ਕੁੜੀ ਕਵਾਲੀ ਨਹੀਂ ਕਰੂਗੀ, ਨਾ ਇਹ ਗਾਊਗੀ, ਬਸ ਇਹਨੂੰ ਪੜ੍ਹਨਾ ਆ। ਬੜਾ ਅਜੀਬ ਲੱਗਿਆ ਹੁਣ? ਬਹੁਤ ਅਜੀਬ ਲੱਗਿਆ, ਤੇ ਕਿਉਂਕਿ ਉਸ ਟਾਈਮ ਉਹ ਛੋਟੇ ਸੀ, ਜਦੋਂ ਸਵਾਰੀ ਨੂੰ ਬੱਸ 'ਚ ਉਤਾਰ ਲਈਏ ਤੇ ਤੂੰ ਨਹੀਂ ਯਾਤਰਾ ਕਰਨ ਜਾਣਾ। ਹਾਂਜੀ। ਤੇ ਪੇਰੈਂਟਸ ਦਾ ਫਿਰ ਆਪਾਂ ਡਰਦੇ ਸੀ, ਅੱਜ ਕੱਲ੍ਹ ਤਾਂ ਬੱਚੇ ਦੇਖੋ ਵੀ ਕੋਈ ਡਰ ਹੈ ਹੀ ਨਹੀਂ ਮੈਨੂੰ ਲੱਗਦਾ ਬੱਚਿਆਂ ਨੂੰ, ਬਿਲਕੁਲ ਬੱਚੇ ਕਹਿੰਦੇ ਵੀ ਤੁਸੀਂ
ਤੁਸੀਂ ਘੱਟ ਸਮਝਦਾ ਸਾਨੂੰ ਜ਼ਿਆਦਾ ਸਮਝ ਆਪਾਂ ਤਾਂ ਅੱਖੀ ਨਹੀਂ ਚੱਕਦੇ ਸੀ ਹਾਂਜੀ ਅੱਖੀ ਨਹੀਂ ਚੱਕਦੇ ਸੀ ਇਹਨਾਂ ਪਿਰਾਂ ਦੇ ਸਾਹਮਣੇ ਜੀ ਜੀ ਤੇ ਉਹਨਾਂ ਨੇ ਜੋ ਕਹਤਾ ਜਿੱਥੇ ਬੈਠ ਉੱਥੇ ਬਹਿਣਾ ਦੇ ਕਿਹਾ ਵੀ ਸਿਰ ਤੇ ਚੁੰਨੀ ਲੈਣੀ ਆ ਸਿਰ ਤੇ ਚੁੰਨੀ ਲੈਣੀ ਆ ਜੇ ਬਾਹਰ ਨਹੀਂ ਜਾਣਾ ਤਾਂ ਬਾਹਰ ਨਹੀਂ ਜਾਣਾ ਜਿੱਥੇ ਬੈਠੇ ਉੱਥੇ ਬੈਠੇ ਆ ਇਸ ਕਰਕੇ ਚਲੋ ਮੰਨਣਾ ਵੀ ਬਹੁਤ ਅਸੀਂ ਮੰਨਿਆ ਪਿਰਾਂ ਦਾ ਨਹੀਂ ਕੀਤਾ ਹੈਗਾ ਪਰ ਫਿਰ ਵੀ ਜਿਵੇਂ ਅੰਦਰ ਕੋਨਾ ਕਿ ਪਰਮਾਤਮਾ ਵੱਲੋਂ ਮੈਂ ਕਹਿੰਦੀ ਕੋਨਾ ਕੋਲ ਪਰਮਾਤਮਾ ਦੀ ਕਿਰਪਾ ਮੈਂ ਕਹਿੰਦੀ ਆ ਵੀ ਜੋ ਵੀ ਅੰਦਰ ਮੇਰੇ ਸੀ ਪਰਮਾਤਮਾ ਨੇ ਭਰਿਆ ਹੋਇਆ ਵੀ ਹਾਂ ਇਹ ਕਰਨਾ ਆ ਤੇ ਮੈਂ ਚੋਰੀ ਚੋਰੀ ਜਿਵੇਂ ਸਕੂਲ ਦੀਆਂ ਸਭਾਵਾਂ 'ਚ ਆਪਣਾ ਦੱਸਣਾ ਨਹੀਂ ਮੇਰੀ ਸਭਾ ਹੋਈ ਸੀ ਜਾਂ ਮੈਂ ਗਾਇਆ ਜਾਂ ਕੀ ਹੈ ਬੜਾ ਚੁੱਪ ਚਾਪ ਆਪਣਾ ਕਰਦੇ ਰਹੇ ਤੇ ਉਸ ਤੋਂ ਬਾਅਦ ਵੀ ਕਾਲਜ ਜਾ ਕੇ ਫਿਰ ਮੈਂ ਸ਼ਬਦ ਵੀ ਗਾਏ ਤੇ ਆਪਣਾ ਗਜ਼ਲ ਗਾਈ ਉਰਦੂ ਗਜ਼ਲ ਗਾਈ ਤੇ ਫਿਰ ਮੈਨੂੰ ਨਾ ਪ੍ਰਾਈਜ਼ ਮਿਲੇ ਉੱਥੋਂ ਤੇ ਕੁਦਰਤੀ ਮੈਂ ਹਾਂਜੀ ਹਾਂ ਉਹ ਵੱਧ ਗਿਆ ਤੇ ਮੇਰੇ ਪਾਪਾ ਵੀ ਰੈੱਡ ਕਰਾਸ ਜੋਬ ਕਰਦੇ ਸੀਗੇ ਸੁਪਰੈਂਟ ਟਾਇਰ ਹੋਏ ਸੀ ਤੇ ਉਹਨਾਂ ਦਾ ਨੇੜੇ ਸੀ ਗੌਰਮੈਂਟ ਕਾਲਜ 11 ਉੱਥੇ ਜਦੋਂ ਮੈਂ ਪ੍ਰਾਈਜ਼ ਲਏ ਤਾਂ ਕੁਦਰਤੀ ਨਾ ਮੈਂ ਗਈ ਨਹੀਂ ਸੀ ਕੋਈ ਪ੍ਰੋਬਲਮ ਸੀ ਸ਼ਾਇਦ ਮੇਰੇ ਮੰਮੀ ਬਿਮਾਰ ਹੋ ਗਏ ਸੀਗੇ ਤੇ ਉਹਨੇ ਮੇਰੇ ਫਾਦਰ ਨੂੰ ਫੋਨ ਕੀਤਾ ਕਿਉਂਕਿ ਪਹਿਲਾਂ ਇਹ ਰਿਵਾਜ਼ ਸੀ ਜਾਂ ਨਾ ਕੋਈ ਬੱਚਾ ਦੋ ਤਿੰਨ ਦਿਨ ਆਉਂਦਾ ਨਹੀਂ ਸੀ ਕਾਲਜ ਤਾਂ ਦੇਖ ਲਓ ਵੀ ਇਹ ਪੇਰੈਂਟਸ ਨੂੰ ਫੋਨ ਕਰਦੇ ਸੀ ਫਿਰ ਉਹ ਬੱਚਾ ਆ ਨਹੀਂ ਰਿਹਾ ਨੇਚਰਲੀ ਗੱਲ ਉਹ ਫਿਰ ਹੁੰਦਾ ਸੀ ਕਿ ਸਿਸਟਮ ਕਮਿਊਨੀਕੇਸ਼ਨ ਸੀ ਹਾਂਜੀ ਤੇ ਪੇਰੈਂਟਸ ਨੂੰ ਵੀ ਹੁੰਦਾ ਸੀਗਾ ਥੋੜਾ ਵਿਸ਼ਵਾਸ ਕਿ ਸਾਨੂੰ ਵੀ ਬੱਚਾ ਨੂੰ ਹੁੰਦਾ ਸੀ ਵੀ ਹਾਏ ਪੇਰੈਂਟਸ ਕੋਲ ਗੱਲ ਚੱਲ ਜਾਂ ਆਪਾਂ ਨਹੀਂ ਜਾਵਾਂਗੇ ਹਨਾ ਮੰਮਾ ਬਿਮਾਰ ਹੋ ਗਏ ਤੇ ਮੈਂ ਨਹੀਂ ਗਈ ਦੋ ਤਿੰਨ ਦਿਨ ਉਹਨਾਂ ਨੇ ਪਾਪਾ ਨੂੰ ਕਾਲ ਕੀਤੀ ਕਹਿੰਦੇ ਚਲੋ ਠੀਕ ਹੈ ਵੀ ਆਈ ਤਾਂ ਨਹੀਂ ਹੈਗੀ ਦਵਿੰਦਰ ਵੀ ਤੁਸੀਂ ਉਹਦੇ ਪ੍ਰਾਈਜ਼ ਪਏ ਆ ਅੱਛਾ ਦੋ ਪ੍ਰਾਈਜ਼ ਸੀ ਪ੍ਰਾਈਜ਼ ਲੈ ਜਾਓ ਪ੍ਰਾਈਜ਼ ਲੈ ਜਾਓ ਪਾਪਾ ਨੂੰ ਪਤਾ ਨਹੀਂ ਸੀ ਉਹਨਾਂ ਤਾਂ ਦੱਸਿਆ ਹੀ ਨਹੀਂ ਸੀ ਖੁੱਲ ਗਿਆ ਵੀ ਸ਼ਬਦ ਗਾਏ ਨੇ ਕੀ ਕੀਤਾ ਹੈ ਨਾ ਮੇਰੇ ਕੋਲ 뮤직 ਵੋਕਲ ਮੇਰੇ ਕੋਲ ਸਬਜੈਕਟ ਰੱਖਿਆ ਹੋਇਆ ਸੀ ਕਾਲਜ 'ਚ ਵੀ ਸਕੂਲ ਟਾਈਮ ਵੀ ਤੇ ਉੱਥੇ ਫਿਰ ਜਦ ਉਹਨਾਂ ਨੇ ਦੇਖਿਆ ਵੀ ਇਹ ਪ੍ਰਾਈਜ਼ ਫਿਰ ਘਰ ਆ ਕੇ ਥੋੜਾ ਜਿਹਾ ਮੈਨੂੰ ਮਤਲਬ ਜ਼ਿਆਦਾ ਨਹੀਂ ਕਹਿ ਸਕਦੇ ਇੱਕ ਤਾਂ ਹੈਰਾਨ ਵੀ ਹੋਏ ਕਹਿੰਦੇ ਵੀ ਤੂੰ ਦੱਸਿਆ ਨਹੀਂ ਮੈਂ ਕਿਹਾ ਪਾਪਾ ਤੁਸੀਂ ਤਾਂ ਵੀ ਝਿੜਕਦੇ ਹੋ ਝਿੜਕਦੇ ਹੋ ਗੁੱਸੇ ਹੁੰਦੇ ਵੀ ਆਹ ਨਹੀਂ ਕਰਨਾ ਠੀਕ ਹੈ ਮੈਡਮ ਨੇ ਜਿਸ ਦਿਨ ਮੈਂ ਇੱਥੇ ਐਡਮਿਸ਼ਨ ਲਈ ਸੀ ਨਾ ਗਵਰਨਮੈਂਟ ਕਾਲਜ ਤੇ ਮੈਡਮ ਨੇ ਮੈਂ ਕਿਉਂਕਿ ਜਦ ਸਬਜੈਕਟ ਮਿਊਜ਼ਿਕ ਰੱਖਿਆ ਨਾ ਸਾਡੇ ਕੱਕੜ ਮੈਡਮ ਸੀਗੇ ਮੈਨੂੰ ਯਾਦ ਹੈ ਉਹ ਕਹਿੰਦੇ ਹੁੰਦੇ ਤੁਸੀਂ ਕੁਝ ਸੁਣਾ ਸਕਦੇ ਹੋ ਹਿੰਦੀ ਦਾ ਪੰਜਾਬੀ ਮੈਂ ਕਿਹਾ ਮੈਡਮ ਤੁਹਾਨੂੰ ਮੈਂ ਕਿਉਂਕਿ ਮੈਂ ਪਹਿਲਾਂ ਵੈਸੇ ਹਿੰਦੀ ਗਾਉਂਦੀ ਸੀ ਜ਼ਿਆਦਾ ਤੇ ਪੰਜਾਬੀ ਮੈਂ ਹੁਣ 6-7 ਸਾਲ ਤੋਂ ਜਦ ਤੋਂ ਸਭਾ 'ਚ ਹੈਗੀ ਸ਼ੁਰੂ ਕੀਤੇ ਫਿਰ ਮੈਂ ਗੀਤ ਸੁਣਾਇਆ ਸੀ ਉੱਥੇ ਹਿੰਦੀ ਐ ਮੇਰੇ ਦਿਲੇ ਨਾਦਾਂ ਤੂੰ ਗਮ ਸੇ ਨਾ ਘਬਰਾਣਾ ਉਹਨਾਂ ਨੇ ਸੁਣਿਆ ਹੋਇਆ ਸੀਗਾ ਉਹ ਤੇ ਜਿਸ ਤਰ੍ਹਾਂ ਮਤਲਬ ਕੋਈ ਫੰਕਸ਼ਨ ਹੋਣਾ ਸਭ ਤੋਂ ਪਹਿਲਾਂ ਮੇਰਾ ਨਾਂ ਲਿਆ ਮੈਡਮ ਨੇ ਕੱਕੜ ਮੈਡਮ ਨੇ ਕਹਿੰਦੇ ਵੀ ਤੁਸੀਂ ਪਾਰਟਿਸਪੇਟ ਕਿਉਂ ਨਹੀਂ ਕਰ ਰਹੇ ਮੈਂ ਤਾਂ ਨਹੀਂ ਕਰਦੀ ਸੀ ਮੈਨੂੰ ਡਰ ਸੀ ਮੇਰੇ ਘਰ ਪਤਾ ਚੱਲ ਜਾਣਾ ਵੀ ਕਰੋ ਜੁੱਤੀਆਂ ਪਹਿਣੀਆਂ ਭਾਈ ਪਹਿਣ ਕੇ ਨਹੀਂ ਕਰਨਾ ਕਹਿੰਦੇ ਕੁਝ ਨਹੀਂ ਹੁੰਦਾ ਸੀ ਤੇਰੇ ਪਾਪਾ ਨੂੰ ਸਮਝਾਵਾਂਗੇ ਮੈਂ ਕਲੀਅਰ ਕਰਦੀ ਮੈਂ ਕਿ ਮੈਡਮ ਮੇਰੇ ਪਾਪਾ ਗੁੱਸੇ ਹੁੰਦੇ ਮੈਂ ਨਹੀਂ ਗਾਣਾ ਹੈਗਾ ਕਹੇ ਨਹੀਂ ਤੁਸੀਂ ਗਾਓ ਫਿਰ ਮੈਂ ਸ਼ਬਦ ਗਾਇਆ ਸੀ ਮੇਰੇ ਰਾਮ ਰਹਿ ਤੂੰ ਸੰਤਾ ਕਾ ਸੰਤ ਤੇਰੇ ਇੱਕ ਗਜ਼ਲ ਸੀਗੀ ਉਰਦੂ ਇਸ਼ਕ ਮੇ ਕਿਆ ਬਤਾਏ ਕਿ ਦੋਨੋਂ ਕਿਸ ਕਦਰ ਚੋਟ ਖਾਏ ਹੋਏ ਇਹ ਮੈਂ ਗਾਇਆ ਸੀ ਤੇ ਦੋਨਾਂ 'ਚ ਮੈਨੂੰ ਫਸਟ ਪ੍ਰਾਈਜ਼ ਮਿਲਿਆ ਸੀ ਅੱਛਾ ਜਦੋਂ ਪੰਜਾਬੀ ਲਿਖਣਾ ਸ਼ੁਰੂ ਕੀਤਾ ਹਾਂਜੀ ਬੁੱਕਸ ਵੀ ਤੁਹਾਡੀਆਂ ਆਈਆਂ ਹਾਂਜੀ ਬੁੱਕਸ ਮੇਰੇ ਸਦਰਾਂ ਦੀ ਫੁਲਕਾਰੀ ਇੱਕ ਆਈ ਹੈ ਉਹ 2 ਸਾਲ ਪਹਿਲਾਂ ਹੀ ਰਿਲੀਜ਼ ਕੀਤੀ ਹੈ ਓਕੇ ਓਕੇ ਤੇ ਉਹ ਵੀ ਲਿਖਣਾ ਤਾਂ ਮੈਂ ਸ਼ੁਰੂ ਤੋਂ ਸੀਗਾ ਕਿ ਜਿਸ ਤਰ੍ਹਾਂ ਮੈਂ ਕਾਲਜ ਵੀ ਸੀ ਉਸ ਟਾਈਮ ਮੈਂ 1-2 ਗੀਤ ਲਿਖੇ ਸੀਗੇ ਉਹ ਜਿਵੇਂ ਤੁਸੀਂ ਦੱਸਿਆ ਨਾ ਵੀ ਜੇ ਬਿਰਹਾ ਦੇ ਲਿਖ ਲਓ ਤਾਂ ਬਿਰਹਾ ਸੰਭਦੇ ਪਤਾ ਨਹੀਂ ਕੀ ਦਿਖਾਏ ਹੈ ਲੁਕੋਲ ਕੋ ਕੇ ਪਤਾ ਨਹੀਂ ਸਾਡੀ ਕੁੜੀ ਨੂੰ ਬਿਰਹਾ ਹੋ ਗਿਆ ਕੋਈ ਪਤਾ ਨਹੀਂ ਇਹਨੂੰ ਕੀ ਗਮ ਹੋ ਗਿਆ ਹੈ ਨਾ ਤੇ ਲੁਕੋਲ ਕੋ ਕੇ ਰੱਖਣੇ ਲਿਖੇ 2-4 ਲਿਖੇ ਸੀਗੇ ਗੀਤ ਫਿਰ ਚਲੋ ਛੱਡ ਛਡਾ ਤਾਂ ਪੇਰੈਂਟਸ ਮੰਨਦੇ ਹੀ ਨਹੀਂ ਸੀਗੇ ਤੇ ਉਸ ਤੋਂ ਬਾਅਦ ਮੇਰੀ ਮੈਰਿਜ ਹੋਈ ਮੈਰਿਜ ਤੋਂ ਬਾਅਦ ਤਾਂ ਬਿਲਕੁਲ ਹੀ ਠੱਪ ਹੋ ਗਿਆ ਹਾਂ ਨੇਚਰਲੀ ਗੱਲ ਉਹਨਾਂ ਬਿਲਕੁਲ ਹੀ ਠੱਪ ਹੋ ਗਿਆ ਬਣੀ ਤੁਸੀਂ ਗਾ ਹੀ ਨਹੀਂ ਸਕਦੇ ਤੂੰ ਘਰ ਝਗੜੇ ਵੀ ਹੋਣ ਜਿਵੇਂ ਕਹਿੰਦਾ ਮੈਂ ਗਾਉਣਾ ਹੈ ਮੇਰੇ ਪਾਪਾ ਨੇ ਹਮੇਸ਼ਾ ਕਹਿਣਾ ਤੂੰ ਆਪਣੇ ਘਰ ਜਾ ਕੇ ਜੋ ਮਰਜ਼ੀ ਕਰੀ ਤੂੰ ਹਾਂ ਜਿਵੇਂ ਕੁੜੀਆਂ ਨੂੰ ਆ ਪੇਰੈਂਟਸ ਕਹਿੰਦੇ ਆ ਇਹ ਬਸ ਇੱਕ ਚੀਜ਼ ਮੰਨਦੇ ਹੋ ਦਵਿੰਦਰ ਇਹ ਸਭ ਤੋਂ ਵੱਡੀ ਟ੍ਰੈਜੇਡੀ ਰਹੀ ਬਿਲਕੁਲ ਹਾਂਜੀ ਇਹਦੇ ਨਾਲ ਸਾਡੀਆਂ ਬਹੁਤ ਸਾਰੀਆਂ ਧੀਆਂ ਦਾ ਭੈਣਾਂ ਦਾ ਟੈਲੈਂਟ ਖਤਮ ਹੋ ਗਿਆ ਹਾਂਜੀ ਹਾਂਜੀ ਵੀ ਤੂੰ ਜੋ ਕਰਨਾ ਬਗਾਨੇ ਘਰੇ ਜਾ ਕੇ ਕਰੀ ਇੱਥੇ ਨਹੀਂ ਕਰਨਾ ਹਾਂਜੀ ਜਦੋਂ ਕਿ ਇਹ ਆਪਦਾ ਘਰ ਹੈ ਜਿੱਥੇ ਉਹ ਪੈਦਾ ਹੋਈ ਹੈ ਉਹਨੂੰ ਕੁੜੀ ਨੂੰ ਇਹ ਔਰ ਇਤਿਹਾਸ ਗਵਾਏ ਵੀ ਜਿੰਨੇ ਪੇਰੈਂਟਸ ਨੇ ਆਪਦੀਆਂ ਕੁੜੀਆਂ ਦਾ ਉਹਨਾਂ ਸਮੇਂ 'ਚ ਸਾਥ ਦਿੱਤਾ ਹਾਂਜੀ ਉਹ ਅੱਜ ਬਹੁਤ ਵੱਡੀਆਂ ਤਰੱਕੀ ਦੇ ਵਿੱਚ ਹਾਂਜੀ ਬਿਲਕੁਲ ਪਰ ਜਿਨ੍ਹਾਂ ਨੇ ਉਹਨੇ ਲੈਟ ਡਾਊਨ ਕੁਝ ਨੈਰੋ ਮਾਈਂਡਡ ਗੱਪ ਸੀਗਾ ਪਰਿਵਾਰ ਦਾ ਅੱਗੇ ਜਾ ਕੇ ਫਿਰ ਨੈਰੋ ਮਾਈਂਡਡ ਹੀ ਮਿਲੇ ਉਹਨਾਂ ਨੂੰ ਉਦਾਂ ਦੇ ਫਿਰ ਸਾਰੇ ਫੈਮਿਲੀ ਮਿਲਦੇ ਹਾਂਜੀ ਤੇ ਮੈਂ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਆਪਣੇ ਹਸਬੈਂਡ ਨੂੰ ਮੈਂ ਕਿਹਾ ਵੀ ਇਸ ਤਰ੍ਹਾਂ ਇਹਨਾਂ ਤਾਂ ਬਹੁਤ ਲੜਾਈ ਝਗੜਾ ਨਹੀਂ ਇਹ ਉਹ ਮਤਲਬ ਕਾਫੀ ਲੜਾਈ ਹੁਣ ਆਪਾਂ ਵੀ ਘਰ ਦੀ ਗੱਲ ਕਿਉਂ ਜ਼ਿਆਦਾ ਕਰਨੀ ਹੈ ਵੀ ਕਾਫੀ ਝਗੜੇ ਹੋਏ ਵੀ ਨਹੀਂ ਫਿਰ ਮੈਨੂੰ ਬਲੇਮ ਕੀਤਾ ਗਿਆ ਵੀ ਇਹ ਗਾਉਂਦੀ ਹੈ ਜੀ ਫਲਾਣਾ ਜੇ ਉਹ ਬਹੁਤ ਕੁਝ ਫਿਰ ਮੇਰੇ ਪਾਪਾ ਨੇ ਫਿਰ ਝਿੜਕਿਆ ਕਹਿੰਦੇ ਦੇਖ ਵੀ ਤੂੰ ਸਭ ਮੈਂ ਵੱਡੀ ਸੀ ਵੀ ਤੂੰ ਘਰ ਬਸਾ ਲਾ ਭਾਈ ਹਾਂਜੀ ਘਰ 'ਚ ਮੈਂ ਵੱਡੀ ਸੀਗੀ ਸਭ ਤੋਂ ਅਸੀਂ 6 ਭੈਣ ਭਰਾ ਸੀ 4 ਭੈਣਾਂ ਤੇ 2 ਬ੍ਰਦਰ ਸਭ ਤੋਂ ਵੱਡੀ ਮੈਂ ਸੀ ਕਹਿੰਦੇ ਵੀ ਕੱਲ ਨੂੰ ਮੈਨੂੰ ਸਾਰਿਆਂ ਨੇ ਕਹਿਣਾ ਵੀ ਇਹਦੀ ਕੁੜੀ ਗਾਉਂਦੀ ਹੈ ਤੇ ਸਰ ਤਾਂ ਰਿਸ਼ਤੇ ਨਹੀਂ ਹੋਣੇ ਬੱਚਿਆਂ ਦੇ ਬਾਕੀ ਬੱਚਿਆਂ ਦੇ ਇਹ ਵੀ ਇੱਕ ਸਭ ਤੋਂ ਵੱਡਾ ਡਰ ਸਭ ਤੋਂ ਵੱਡਾ ਹਾਂ ਨਹੀਂ ਚਲੋ ਫਿਰ ਛੱਡਿਆ ਸਾਰਾ ਕੁਝ ਵੀ ਕੋਈ ਨਹੀਂ ਵੀ ਛੱਡ ਕੇ ਆਪਣਾ ਉਸ ਤੋਂ ਬਾਅਦ
उस तो बाद फेसबुक वगैरह का थोड़ा ट्रेंड आया, बच्चों को सीखा थोड़ा बहुत, क्योंकि इन्ना पता ही नहीं ज्यादा कोई इधर पास गए नहीं, फोन वगैरह थोड़ा बहुत सुनते थे। तो 20 साल बाद मेरा फेसबुक से जिस टाइम मैं अकाउंट वगैरह बच्चों ने बनाया, तो करमजीत सिंह बग्गा जी है इंटरनेशनल वो साढ़े घर के नाल रेंगे हैं, हूँ भी मुंडी खड़ मेरे पेरेंट्स है, तो उन्होंने मैं गुरुद्वारे सुनया से यह भी पता से भी यही गा लेंदी है। ਅਨਮੇ ਟਾਈਮ ਵੀ ਉਹਨਾਂ ਮੈਂ ਗੋਜ਼ਿਆਂ ਤੇ ਜੁਗਨੀ ਗਾਈ ਸੀਗੀ, ਜੁਗਨੀ ਗਾਈ ਤੇ ਜਿੰਦੂਆ ਗਾਇਆ ਸੀ ਟੈਗੋਰ ਥੀਏਟਰ 'ਚ, ਜੀ ਜੀ, ਤੇ ਉਹਨਾਂ ਨੂੰ ਪਤਾ ਸੀਗਾ ਵੀ ਗਾ ਸਕਦੀ ਹੈ, ਗਾ ਸਕਦੀ ਹੈ ਅਲਗੋਜ਼ਾ ਨਾਲ ਮੈਂ ਗਾਇਆ। ਫਿਰ ਉਸ ਤੋਂ ਬਾਅਦ ਮੈਰਿਜ ਹੋ ਗਈ, 20 ਸਾਲ ਬਾਅਦ ਮੇਰਾ ਬਿਲਕੁਲ ਕੰਟੈਕਟ ਟੁੱਟ ਗਿਆ, ਕਿਉਂਕਿ ਪੇਕਿਆਂ ਨਾਲ ਫਿਰ ਰਹਿੰਦਾ ਹੀ ਨਹੀਂ, ਆਪਣੇ ਬੱਚਿਆਂ 'ਚ ਬੰਦਾ ਆਪਣੇ ਬੱਚਿਆਂ 'ਚ ਮਸਤ, ਬਿਲਕੁਲ ਮਸਤ ਹੋ ਜਾਂਦੇ ਆ, ਤੇ ਕੁਦਰਤੀ ਬਸ ਫੇਸਬੁੱਕ ਤੇ ਮੇਰਾ ਉਹਨਾਂ ਨਾਲ ਗੱਲ ਹੋਈ, ਮੈਨੂੰ ਇਦਾਂ ਹੀ ਬੋਲੇ ਕਹਿੰਦੇ ਕੁੜੇ ਕੀ ਕਰਦੀ ਆ, ਕੀ ਕਰਦੀ ਹੁਣੀ ਅੱਜ ਕੱਲ੍ਹ। ਮੈਂ ਕਿਹਾ ਭਾਜੀ ਕੀ ਕਰਨਾ, ਕੁਛ ਨਹੀਂ, ਵਿਹਲੇ ਰਹਿੰਦੇ। ਕਹਿੰਦੇ ਗਾਉਣਾ ਗੁਣਾ ਮਾੜਾ ਮੋਟਾ ਸਿੱਖਿਆ ਕਿ ਨਹੀਂ? ਮੈਂ ਕਿਹਾ ਸਿੱਖਣਾ ਕੀ ਆ, ਵੈਸੇ ਘਰ 'ਚ ਇੱਕ ਇਹ ਸੀ ਮੇਰੀ, ਮਤਲਬ ਕਿ ਆਦਤ, ਮੈਂ ਘਰ 'ਚ ਗੁਣਗੁਣਾਉਂਦੀ ਰਹਿੰਦੀ ਸੀ ਹਮੇਸ਼ਾ ਹੀ, ਚਾਹੇ ਜਿਹੜਾ ਮਰਜ਼ੀ ਰੋਦਾ ਸੀ। ਮੇਰੇ ਪਾਪਾ ਨੇ ਕਈ ਵਾਰ ਗੁੱਸੇ ਹੋਣਾ ਮੈਨੂੰ, ਕਹਿੰਦੇ ਤੂੰ ਸੁਣ ਨਹੀਂ ਸਕਦੀ, ਕਹਿੰਦੇ ਸਾਨੂੰ ਵੀ ਸੁਣਦਾ, ਤੂੰ ਨਾਲ ਗਾਈ ਜਾਂਦੀ ਹੈ, ਚਲੋ ਠੀਕ ਹੈ। ਅੱਗੇ ਆ ਕੇ ਪਰ ਮੇਰਾ ਇਹ ਸ਼ੌਕ ਚੱਲਦਾ ਰਿਹਾ, ਮੈਂ ਗੁਰਦੁਆਰੇ ਕੀਰਤਨ ਕਰਨਾ, ਫਿਰ ਹਰਮੋਨੀਅਮ ਰੱਖਿਆ ਸੀ, ਕਿਉਂਕਿ ਮੈਂ ਮਿਊਜ਼ੀਕਲ ਆਪਣੀ ਜਿਹੜੀ ਗ੍ਰੈਜੂਏਸ਼ਨ ਕੀਤੀ ਹੈ ਕਲਾਸੀਕਲ 'ਚ ਕੀਤੀ ਹੋਈ ਹੈ, ਹਾਂਜੀ, ਮਿਊਜ਼ਿਕ ਵੋਕਲ 'ਚ ਕੀਤੀ ਹੋਈ ਹੈ, ਹਰਮੋਨੀਅਮ ਵਗੈਰਾ ਅਤੇ ਤਾਨਪੁਰਾ ਮੈਂ ਪਲੇ ਕਰ ਲੈਂਦੀ ਹਾਂ। ਜੀ 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 ਵੀ ਜਦੋਂ ਇਹ ਮਿਲੇ ਮੈਨੂੰ, ਕਹਿੰਦੇ ਹਾਂਜੀ, ਮੈਂ ਕਿਹਾ ਵੀ ਹਾਂਜੀ ਭਾਜੀ, ਮੈਂ ਕਿਹਾ ਚੱਲੀ ਤਾਂ ਜਾਂਦਾ। ਕਹਿੰਦੇ ਇਸ ਤਰ੍ਹਾਂ ਕਰ ਵੀ ਤੂੰ ਮੈਨੂੰ ਥੋੜ੍ਹਾ ਜਿਹਾ ਆਡੀਓ ਭੇਜ, ਆਡੀਓ ਭੇਜ ਵੀ ਰਿਕਾਰਡ ਕਰਕੇ। ਮੈਂ ਗੀਤ ਭੇਜਿਆ ਸੀਗਾ ਉਹਨਾਂ ਨੂੰ, ਮਹਿਰਮ ਦਿਲਾਂ ਦੇ ਮਾਹੀ ਮੋੜੇ ਦਾ ਕਦਮ ਹਾਰਾ, ਉਹਦੇ ਦੋ ਲੈਣਾ ਸੁਣਾਂਗੇ ਤੁਹਾਡੇ ਕੋਲ, ਸੁਰਿੰਦਰ ਕੌਰ ਦੇ ਗਾਇਆ, ਸ਼ਿਵ ਕੁਮਾਰ ਬਟਾਲੇ। ਜੀ 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 ਠੀਕ ਹੈ ਜੀ। ਮਹਿਰਮ ਦਿਲਾਂ ਦੇ ਮਾਹੀ ਮੋੜੇਗਾ ਕਦਮ ਹਾਰਾ, ਕੀ ਬਾਤ, ਮਹਿਰਮ ਦਿਲਾਂ ਦੇ ਮਾਹੀ ਮੋੜੇਗਾ ਕਦਮ ਹਾਰਾ, ਦਿਨ ਰਾਤ ਤੜਪਦੇ ਨੇ, ਦਿਨ ਰਾਤ ਤੜਪਦੇ ਨੇ, ਅਰਮਾਨ ਬੇਸ਼ੁਮਾਰਾ, ਮਹਿਰਮ ਦਿਲਾਂ ਦੇ ਮਾਹੀ ਮੋੜੇਗਾ ਕਦਮ ਹਾਰਾ। ਫਿਰ ਢਿੱਲੋਂ ਦੀਆਂ ਮੁਹਾਰਾਂ ਕਦੋਂ ਮੁੜੀਆਂ ਫਿਰ? ਜਦੋਂ ਬੱਗੇ ਨੇ ਫੋਨ ਕੀਤਾ, ਹਾਂਜੀ, ਉਹਨੇ ਫੋਨ, ਉਹ ਉਹਨਾਂ ਨਾਲ ਆਪਣੇ ਸਹਿਜ ਵਿਗਿਆਨ ਕੇਂਦਰ ਨਾਲ ਜੁੜੇ ਹੋਏ ਸੀ, ਮੈਨੂੰ ਪਤਾ ਜੀ, ਮੈਨੂੰ ਹੈ ਨਾ, ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਵੀ ਤੁਸੀਂ ਵੀ ਆਪਣਾ ਕੁਦਰਤੀ ਪ੍ਰੋਗਰਾਮ ਵੀ ਸ਼ੇਵ ਕੁਮਾਰ ਬਟਾਲਵੀ ਦਾ ਹੀ ਸੀਗਾ। ਅੱਛਾ, ਕਹਿੰਦੇ ਤੁਸੀਂ ਸ਼ੇਵ ਕੁਮਾਰ ਬਟਾਲਵੀ ਤੇ ਆਉਂਦੇ? ਮੈਂ ਕਿਹਾ ਮੇਰੇ ਬਹੁਤ ਆਉਂਦੇ ਆ। ਕਹਿੰਦੇ ਇਸ ਤਰ੍ਹਾਂ ਕਹਾ ਤਿੰਨ ਚਾਰ ਤਿਆਰ ਕਰ ਲੈ, ਵੀ ਗੁਰਦਰਸ਼ਨ ਮਾਂ ਵੀ ਸਾਰੇ ਮੇਰੇ ਜਾਣਕਾਰ ਅੱਛੇ ਹੈਗੇ ਆ, ਆਪਣੇ ਸੈਕਟਰੀ ਸਾਹਿਬ ਤੇ ਸੇਵੀ ਰਾਜ ਜੀ, ਵੀ ਤੁਸੀਂ, ਮੈਂ ਤੁਹਾਨੂੰ ਟਾਈਮ ਦਵਾ ਦਾਂਗਾ। ਮੈਂ ਕਿਹਾ ਠੀਕ ਹੈ ਚਲੋ, ਤੇ ਮੈਂ ਤਿੰਨ ਗੀਤ ਤਿਆਰ ਕੀਤੇ। ਕੁਦਰਤੀ ਮੈਂ ਇਹਨੂੰ ਭਾਜ ਨੂੰ ਕਿਹਾ, ਤੇ ਮੈਂ ਦੇਖੋ ਜੇ ਤੁਹਾਡਾ ਹਸਬੈਂਡ ਮੇਰੀ ਛੁੱਟੀ ਹੋਈ, ਮੈਂ ਨਹੀਂ ਆ ਸਕੂੰਗੀ, ਵੀ ਮੈਨੂੰ ਰੋਕਦੇ ਆ, ਦੇਖੋ ਨੈਚੁਰਲੀ ਨਹੀਂ ਉਹਨਾਂ ਨੇ ਆਉਣ ਦੇਣਾ, ਜੇ ਛੁੱਟੀ ਵੀ ਫਿਰ ਮੈਂ ਆਵਾਂਗੀ ਜ਼ਰੂਰ। ਕਹਿੰਦੇ ਚਲੋ ਤੁਸੀਂ ਤਿਆਰੀ ਰੱਖ, ਕੋਈ ਗੱਲ ਨਹੀਂ, ਪਰਮਾਤਮਾ ਭੱਲਾ ਕਰੂ। ਵੀ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ, ਕਹਿੰਦੇ ਤੂੰ ਕੋਈ ਗੱਲ ਨਹੀਂ, ਵੀ ਕੁਛ ਨਹੀਂ ਹੋਊਗਾ, ਤੁਸੀਂ ਆਓ ਇੱਕ ਵਾਰੀ। ਤੇ ਇੱਥੇ ਹੀ ਖਾਲਸਾ ਕਾਲਜ ਫਿਰ ਮੈਂ ਆਈ, ਉੱਥੇ ਫਿਰ ਮੈਂ ਇਹੀ ਗੀਤ ਗਾਇਆ ਸੀ, ਮਹਿਰਮ ਦਿਲਾਂ ਦੇ ਮਾਹੀ। ਉਸ ਤੋਂ ਬਾਅਦ ਸਾਹਿਤ ਸਰਗਰਮੀ ਦੀ ਹੁਣ ਕਦੋਂ ਤੋਂ ਆਉਣ ਲੱਗੇ ਤੁਸੀਂ? ਮੈਨੂੰ ਹੋ ਗਏ 5 ਸਾਲ ਹੋ ਗਏ। 5 ਸਾਲ ਹੋ ਗਏ, ਹਾਂਜੀ। ਹੁਣ ਤਾਂ ਨਹੀਂ ਕੋਈ ਟਰਬਲ ਕਰੋ? ਨਹੀਂ, ਹੁਣ ਕੋਈ ਟਰਬਲ ਨਹੀਂ ਹੈਗੀ, ਕਿਉਂਕਿ ਜਦੋਂ ਮੈਂ ਆਉਣਾ ਸ਼ੁਰੂ ਕੀਤਾ ਤੇ ਫਿਰ ਪਹਿਲਾਂ ਮੈਨੂੰ ਇਹ ਸੀਗਾ ਮੈਂ ਲਿਖਣਾ ਨਹੀਂ ਆਉਂਦਾ ਸੀ, ਮੈਨੂੰ ਮੇਰਾ ਫਿਰ ਮੈਂ ਕਿਹਾ ਸਰ ਵੀ ਮੈਨੂੰ ਤਾਂ ਵੀ ਲਿਖਣਾ ਨਹੀਂ ਆਉਂਦਾ ਹੈਗਾ, ਮੈਂ ਸਿਰਫ ਜਿਵੇਂ ਸੁਰਿੰਦਰ ਕੌਰ ਦੇ ਗਾਣੇ ਹੋ ਗਏ, ਨਰਿੰਦਰ ਬੀਬਾ ਦੇ ਗਾਣੇ ਸੁਣਾਉਂਦੀ ਹੁੰਦੀ ਸੀਗੀ। ਅੱਛਾ, ਤੇ ਇੱਕ ਵਾਰੀ ਇੱਦਾਂ ਹੋਇਆ, ਮੈਂ 16 ਸੈਕਟਰ ਕਲਾ ਭਵਨ 'ਚ ਗਈ, ਉਸ ਤਰ੍ਹਾਂ ਆਪਾਂ ਰੂਟੀਨ ਨਾਲ ਮੈਂ ਗਾਣਾ ਸੁਣਾ, ਉਹ ਗਾਣਾ ਸੀਗਾ ਆਪਣਾ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਆ, ਲੰਘਣਾ ਲੰਘਣਾ ਵਹੀ ਮੇਰਾ ਸ਼ਮਸ਼ਾ ਉਹਦਾ ਸੀਗਾ, ਮੈਂ ਕਿਹਾ ਸ਼ਮਸ਼ਾਦ ਵਿੱਚ, ਤੇ ਉੱਥੇ ਸਭਾ 'ਚ ਉਹ ਮੈਨੂੰ ਹਰ ਸਾਰ ਲੈ ਗਏ, ਬੱਗਾ ਭਾਜੀ ਉਹ ਲੈ ਗਏ, ਕਹਿੰਦੇ ਕੋਈ ਗੱਲ ਨਹੀਂ ਤੂੰ ਆ ਜਾ ਚੱਲ, ਵੀ ਕੋਈ ਗੱਲ ਨਹੀਂ, ਵੀ ਅੱਜਾ ਮੈਂ ਗਾਇਆ ਤਾਂ ਇੱਕ ਮੈਡਮ ਸੀਗੇ ਉੱਥੇ, ਮੈਨੂੰ ਕਹਿੰਦੇ ਵੀ ਇਹ ਗੀਤ ਨਹੀਂ ਗਾ ਸਕਦੇ ਤੁਸੀਂ, ਆਪਣਾ ਲਿਖਿਆ ਗਾਓ। ਓਕੇ, ਬੜੀ ਮੈਨੂੰ ਹੈਰਾਨੀ ਹੋਈ, ਮੈਂ ਸਟੇਜ ਤੇ ਖੜੀ ਆ ਨਾ, ਵੀ ਮੈਂ ਵੀ ਬੋਲਣਾ ਬੁਣਾ ਥੋੜਾ ਮੈਨੂੰ ਹੋਰ ਤਰ੍ਹਾਂ ਲੱਗਿਆ, ਆਪਣੇ ਆਪ ਨੂੰ ਥੋੜੀ ਫੀਲ ਹੋਇਆ ਵੀ ਮੈਂ ਤਾਂ ਲਿਖੀ ਨਹੀਂ ਸਕਦੀ, ਮੈਂ ਕਿਵੇਂ, ਸਾਰਿਆਂ ਤੋਂ ਜਿਵੇਂ ਮਾਈਕ ਤੇ ਖੜੀ ਨਹੀਂ, ਮੈਂ ਤਾਂ ਹੁਣ ਦੱਸੋ ਮੈਂ ਗਾਵਾਂ ਜਾਂ ਨਾ, ਸਾਰੇ ਕਹਿੰਦੇ ਤੁਸੀਂ ਗਾਓ ਗਾਓ, ਪੂਰਾ ਪੂਰਾ ਗਾਣਾ ਫਿਰ ਮੈਂ ਗਾਇਆ, ਤੇ ਉਸ ਤੋਂ ਬਾਅਦ ਫਿਰ ਮੈਨੂੰ ਥੋੜਾ ਫੀਲ ਵੀ ਹੋਇਆ, ਲਿਖਣਾ ਸ਼ੁਰੂ ਕੀਤਾ, ਹਾਂਜੀ, ਫਿਰ ਮੈਨੂੰ ਹੋਇਆ, ਮੈਂ ਕਿਹਾ ਨਹੀਂ ਵੀ ਆਪਣਾ ਮੈਂ ਸੋਚਦੀ ਹਾਂ ਕੁਛ, ਫਿਰ ਕਲਮ ਭੱਜੀ, ਹਾਂਜੀ, ਤੇ ਉੱਥੋਂ ਬਿਲਕੁਲ ਮਤਲਬ ਮੈਂ ਇੱਦਾਂ ਹੋ ਗਈ ਸੀਗੀ ਵੀ ਮੈਂ ਛੱਡ ਦੇਣਾ ਆਉਣਾ ਜਾਣਾ, ਮੈਂ ਕਿਹਾ ਮੈਂ ਲਿਖਣਾ ਨਹੀਂ ਆਉਂਦਾ, ਮੈਂ ਕੀ ਕਰਨਾ ਕਿ, ਤੇ ਫਿਰ ਬੱਗਾ ਸਰ ਕਹਿੰਦੇ ਨਹੀਂ, ਕਹਿੰਦੇ ਵੀ ਹਜੇ ਆਪਣੇ ਗੁਰਦਸ਼ਨ ਮਾਂ ਵੀ ਸਾਰੇ, ਕਹਿੰਦੇ ਤੂੰ ਸਾਡੀ ਸਭਾ 'ਚ ਆਓ, ਵੀ ਇਹ ਨਹੀਂ ਰੋਕਣਗੇ, ਇਹ ਗੁਆਂਢਗੇ ਤੇ ਤੋਂ, ਬਿਲਕੁਲ ਬਿਲਕੁਲ, ਤੇ ਜਦੋਂ ਦੀ ਮੈਂ ਸਭਾ 'ਚ ਮਤਲਬ ਆਈ, ਤੇ ਮੈਂ ਇਹੀ ਮੰਨਦੀ ਵੀ ਮੈਨੂੰ ਉਹਨਾਂ ਨੇ ਜੋ ਵੀ ਅੱਜ ਤੱਕ ਮੈਂ ਹੁਣ ਹੈਗੀ ਆ ਬੁੱਕ ਲਿਖੀ ਆ, ਜੋ ਮੈਂ ਸਿਰਫ ਸਹਿਤ ਵਿਗਿਆਨ ਕੇਂਦਰ ਦੀ ਦੇਣਾ, ਜਦੋਂ ਸੰਗਤ ਹੋ ਜਾਏ ਨਾ, ਸੰਗਤ ਨਾਲ ਫਿਰ ਰੰਗਤ ਵੀ ਚੜ ਜਾਂਦੀ ਹੈ, ਫਿਰ ਕੀ ਲਿਖਿਆ, ਕੀ ਕੁਝ ਸੁਣਾ ਸਕਦੇ ਸਨ? ਹਾਂਜੀ, ਮੈਂ ਕਵਿਤਾ ਕੋਈ ਇਦਾਂ ਬਿਲਕੁਲ ਟੱਪੇ ਲਿਖੇ, ਗੀਤ ਲਿਖੇ, ਤੇ ਆਪਣਾ ਸਭ ਤੋਂ ਪਹਿਲਾਂ ਮੈਂ ਲਿਖਿਆ ਸੀਗਾ ਜਦੋਂ ਮੈਂ ਸੁਣਾ ਰਹੀ ਹਾਂ, ਹਾਂਜੀ ਪਲੀਜ਼ ਪਲੀਜ਼,
पत्थर तो पारस बनाउन वाला तू, मेरे हाथ कलम फड़ाउन वाला तू जी, मैं अनजान सा, मैं अनजान सा, क्या बात, इना रहा तो मंजिल ते पहुंचाउन वाला तू, मन हरदम डरिया रहंदा सी, मन हरदम डरिया रहंदा सी, मेरा हौसला बधाउन वाला तू, क्या बात, कोई सुरताल दा पता नहीं सी, कोई सुरताल दा पता नहीं सी, हर राग गवाउन वाला तू, बुलियां दे हासे मुक गए सी, क्या बात, बुलियां दे हासे मुक गए सी, मैनू हसाउन वाला तू, क्या बात, होर तेरी उस्तत विच मैं की आखां जी, होर तेरी उस्तत विच मैं की आखां, मेरा हर कदम ते साथ निभाउन वाला तू, हर कदम ते साथ निभाउन वाला तू, ए फिर मैं सब तो पहला अपना गीत लिखिया, क्योंकि इन्हां ने मैनूं बहुत हौसला दित्ता, क्या तू लिख सकदी है, भी लिख सकदी है ना जी, ते उस तो बाद मैं कवितावां लिखियां, गीत, हां जी कवितावां, गीत टप्पे टप्पे लिखे, थोड़े गीत भी लिखे, शेर भी लिखे जी, एक अद्धा होर कर लाग, हां जी मैं तुहानू टप्पे सुना दिंदी थोड़े, है ना जी जी, दो टप्पे आपां सुनाने हां, हां जी हेल्प प्लीज प्लीज, पेड़े पेड़े, क्या बात, पेड़े पेड़े ढोल वजे खुशियां दा, खुशियां दा पंजाब मेरे दे बेड़े, पंजाब मेरे दे बेड़े, गर्मी विच चला पखिया, गर्मी च, गर्मी विच चला पखिया, चेते कर आजा सोनिया, आजा सोनिया वे मैं लाके उम्मीदां रखियां, वे मैं लाके उम्मीदां रखियां, क्या बात है, क्या बात है, बहुत बढ़िया, अरे फ्यूचर च की प्लानिंग है तुम्हारी, फ्यूचर बस यही है भी बात तो बाद में अपना हो, क्योंकि मैं एक फिलहाल एक ही बुक लिखी है, मेरी दो साल पहले रिलीज हुई सी, गए थे अपना चंडीगढ़ 27 सेक्टर रामगढ़िया भवन, अच्छा जी, ते हुण मैं दूसरी लिख रही हाँ तकरीबन, और भी अधिक मैं जिवें भी पहला 100 पेज लिखे सी पूरे, ते हुण अद्धा लिख चुकी हां, मतलब खंभा नूं उडान मिल गई, हां जी हुण मैं चली जा, कि मैनूं बहुत हौसला, बच्चे सपोर्ट करदे हुण, हां जी बच्चे मेरे सपोर्ट करदे, हस्बैंड भी सपोर्ट करदे आ, करदे वैसी गल है, मतलब लाइन ते आ गए, हुण लाइन ते आ गए, बच्चे मेरे बाहर ने जी, अच्छा जी, ते न्यूजीलैंड ने, मैं बेटी दी मैं हुणे मैरिज करके आई, ओ वेरी गुड, पर लगदा नहीं तुसीं कुड़ी ब्याहती, हुणे करके आई, हां जी बस 26 तरीक नूं आए आ सी, अच्छा, ਤੇ ਬਾਕੀ ਨਿਊਜ਼ੀਲੈਂਡ ਵੀ ਸਾਹਿਤਕ ਸਾਥ ਸੀਗੀ ਨਿਊਜ਼ੀਲੈਂਡ, ਉੱਥੇ ਵੀ ਮੇਰਾ ਫੰਕਸ਼ਨ ਹੋਇਆ, ਉੱਥੇ ਵੀ ਪੰਗਾ ਲੈ ਕੇ ਆਏ, ਹਾਂਜੀ ਉੱਥੇ ਉਹਨੇ ਮੈਨੂੰ ਸਨਮਾਨਿਤ ਕੀਤਾ, ਕੀ ਬਾਤ ਹੈ, ਫਿਰ ਇੱਕ ਆਪਣਾ ਇੰਡੋ ਪਾਕਿਸਤਾਨ ਮੁਸ਼ਾਇਰਾ ਹੁੰਦਾ ਉੱਥੇ, ਹਾਂ ਹਾਂ ਬਿਲਕੁਲ, ਉੱਥੇ ਵੀ ਕੀਤਾ, ਫਿਰ ਇੱਕ ਉਰਦੂ ਦਾ ਪ੍ਰੋਗਰਾਮ ਸੀਗਾ, ਉੱਥੇ ਮੈਂ ਹਿੰਦੀ ਗਜ਼ਲ ਗਾਈ ਸੀ, ਕਿਉਂ ਜ਼ਿੰਦਗੀ ਕੀ ਰਾਹ ਮੈਂ ਮਜਬੂਰ ਹੋ ਗਈ, ਹਾਏ ਹਾਏ ਹਾਏ, ਕੀ ਬਾਤ, ਇਤਨੇ ਹੋਏ ਕਰੀਬ, ਇਹ ਸੁਣਾ ਸਕਦੇ ਦੋ, ਹਾਂਜੀ ਬਿਲਕੁਲ ਬਿਲਕੁਲ, ਇਰਸ਼ਾਦ, ਕਿਉਂ ਜ਼ਿੰਦਗੀ ਕੀ ਰਾਹ ਮੈਂ ਮਜਬੂਰ ਹੋ ਗਏ, क्यों जिंदगी की राह में मजबूर हो गए, इतने हुए करीब के हम दूर हो गए, क्यों जिंदगी की राह में, क्या ऐसा नहीं है हमको कोई भी खुशी नहीं, ऐसा नहीं कि हमको कोई भी खुशी नहीं, लेकिन जो जिंदगी भी कोई जिंदगी नहीं, क्यों इसके फैसले हमें मंजूर हो गए, इतने हुए करीब के हम दूर हो गए, क्यों जिंदगी की राह में मजबूर हो गए, बिल्कुल बहुत बहुत शुक्रिया जी, सो आपा दूर नहीं होना, ਆਪਾਂ ਨੇੜੇ ਰਹਿਣਾ ਹੈ, ਕਿਉਂਕਿ ਇਸ ਬੱਬੀ ਮੇਲੇ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹਿਣਾ, ਇਸ ਗੁਰਦਾਸਪੁਰ ਵਿੱਚ ਬਹੁਤ ਕੁਛ ਹੈ ਜਿਨ੍ਹਾਂ ਦਾ ਅਸੀਂ ਇੰਟਰਵਿਊ ਦਿਖਾਉਂਦੇ ਰਹਾਂਗੇ, ਤੁਹਾਨੂੰ ਪੰਜਾਬ ਦੀ ਸ਼ਹਿਰਾ ਦੇਵਿੰਦਰ ਕੌਰ ਜਿਹੜੀ ਕਿ ਗਾਇਕ ਵੀ ਨੇ ਲੇਖਕ ਵੀ ਨੇ, ਕਿਵੇਂ ਲੱਗਿਆ ਤੁਹਾਨੂੰ ਇੰਟਰਵਿਊ, ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ, ਮੈਂ ਹਮੇਸ਼ਾ ਕਹਿੰਦਾ ਵੀ ਚੰਗਾ ਲੱਗਿਆ ਤਾਂ ਅੱਗੇ ਤੋਰ ਦਿਓ, ਨਹੀਂ ਚੰਗਾ ਲੱਗਿਆ ਤਾਂ ਫਿਰ ਉੱਥੇ ਸਾਂਭ ਕੇ ਰੱਖ ਲਓ, ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।